ਜਿੰਦ ਗਰ ਬਰਾਤ ਹੋਏ ਨਾ ਰੋਟੀ ਖਾਣੀ ਹੈ ਆਪਣੇ ਆਪਣੇ ਘਰੋਂ achar ਕਾ ਕੁਝ ਵੇੜ ਕੇ ਲੈ ਜਾਂਦੇ ਸੀ ਅੰਬ ਦਾ ਉਹਦੇ ਨਾਲ ਚਟੇਂ ਦਿਆ ਸੀ ਤਾਂ ਕਿ ਹਜ਼ਮ ਹੋ ਜਾਵੇ ਨਾਲ ਦੇ ਨਾਲ ਪਹਿਲਾ ਇੰਟਰਵਿਊ ਹੈ ਜਿਸਮੇ ਇਹ ਬਾਤ ਆ ਰਹੀ ਹੈ ਕਿ ਹਮ ਘਰ ਸੇ ਚੀਜ਼ੇ ਲੈ ਕੇ ਜਾਂਦੇ ਤੇ ਇੱਕ ਵਾਰੀ ਆਪਣੇ ਘਰ ਦਾ ਨਕਸ਼ਾ ਦਸਾਓ ਉਹ ਪੁਰਾਣਾ ਘਰ ਕਿਵੇਂ ਹੁੰਦਾ ਏ ਉਹ ਸਾਡਾ ਗਾਜੜਾ ਅਸਲੀ ਪੁਰਾਣਾ ਕੋਈ ਨਹੀਂ ਅੱਛਾ ਉਹ ਲੜਾਈ ਤੋਂ ਪਹਿਲੇ ਹੀ ਵਟਵਾਰੇ ਤੋਂ ਪਹਿਲੇ असा नवा बनाया है क्या बात है? अच्छा मेरे ख्याल साल गुना होया छड़ना पै गया अच्छा उन्हें अपना कड़ा उतारा तो कड़े मंत्र पढ़िया कड़ा सारे चर्फ फेर दिता जिमें लक्ष्मण रेखा होंगी ना उन्होंने रेखा बना दी भाई इस रेखा नुकू पार करके मुसलमान कोई नहीं अंदर आ सकता अच्छा बस दो दिन तो बाद आवे नहीं सही तो अंदर हो जावे अंदर आवे नहीं वापस चले जावे ਫਿਰ ਮਦਨ ਲਾਲ ਸ਼ਾਸਤਰੀ ਆਉਂਦਾ ਹੈ ਤੇ ਉਸਤਾਦ ਮਦਨ ਲਾਲ ਜੀ ਪੰਡਿਤ ਜਵਾਹਰ ਲਾਲ ਨਹਿਰੂ ਕੋਲ ਗਏ। ਅੱਛਾ। ਪੰਡਿਤ ਜੀ ਕੋਲ ਗਏ ਤਾਂ ਪੰਡਿਤ ਜੀ ਕਿਹਾ ਮੈਂ ਤੁਹਾਡੀ ਕੀ ਮਦਦ ਕਰਾਂ? ਹੂੰ। ਇਹਨੇ ਕਿਹਾ ਸਾਨੂੰ ਹੋਰ ਮਦਦ ਕੁਝ ਨਹੀਂ ਚਾਹੀਦੀ। ਅਸੀਂ ਆਪ ਜੁਲਾਇਆਂ ਕੰਮ ਆਖਾ ਖਾ ਸਕਦੇ ਹਾਂ। ਹੂੰ। ਸਾਨੂੰ ਜਗ੍ਹਾ ਉਹ ਦਿਓ ਜਿੱਥੇ ਅਸੀਂ ਕਾਮਯਾਬ ਹੋ ਜਾਈਏ। ਠੀਕ ਹੈ। ਫਿਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਕਿਹਾ ਕਿ ਇੱਦੇ ਦਿੱਲੀ ਤੋਂ ਇਸ ਪਾਸੇ ਪੰਜਾਬ ਤੱਕ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਂਦੀ ਹੈ। ਹੂੰ। ਤੁਸੀਂ ਦੇਖਾਓ ਤਾਂ ਮੈਂ ਲਾਟ ਕਰ ਦਿਆਂਗਾ। ਠੀਕ ਹੈ। ਇਹ ਸਾਡੇ ਪਿਤਾ ਜੀ ਮੰਨ ਜੇ ਅਸੀਂ ਕਿ ਅਸੀਂ ਵਾਪਸ ਜਾਵਾਂਗੇ ਠੀਕ ਹੈ ਉਹ ਵਾਪਸ ਕਹੇ ਜਾਣਾ ਆਈ ਵਾਪਸ ਰਾਮਨਾਥ ਜੀ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਕੇਸ਼ੂ ਮਲਤਾਨੀ ਇਸ ਸਾਲ ਦਾ ਆਖਰੀ ਵੀਡੀਓ 2022 90 ਵੀਡੀਓ ਬਣੀਪਤ ਸ਼ਹਿਰ ਅਹੂਜਾ ਸਾਹਿਬ ਹైదరాబాద్ ਥਲ ਬਾਕੀ ਕਹਾਣੀ ਇਹ ਨਾ ਜਰਾ ਬੌਜੀ ਰਾਮ 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 ਜੀ ਅਹੂਜਾ ਸਾਹਿਬ ਹੋ ਪੂਰਾ ਨਾਮ ਸ਼੍ਰੀ ਉੱਤਮ ਚੰਦ ਅਹੂਜਾ ਕਿਆ ਬਾਤ ਹੈ ਜੰਮੇ ਕਿੱਥੇ ਆਵੇ ਹైదరాబాద్ ਅੱਛਾ ਹైదరాబాద్ ਦੇ ਵਿੱਚ ਕੋਈ ਸਪੈਸੀਫਿਕ ਜਗ੍ਹਾ ਕੋਈ ਖਾਸ ਇਲਾਕਾ ਤੁਹਾਡਾ ਹੈ ਪਿਆ ਸਾਡਾ ਇਲਾਕਾ ਆਈ ਬਾਹ ਰੋਡ ਦੇ ਉੱਤੇ ਚੱਕੀ ਆਈ ਰਾਮਚੰਦ ਜੰਡੀ ਦੀ ਹਮ ਤੇ ਉਹਦੇ ਨਾਲ ਗਲੀ ਆਈ ਗਲੀ ਦੇ ਵਿੱਚ ਅੰਦਰ ਸਾਡਾ ਮਕਾਨ ਆ ए, हैदराबाद के आई हाँ जी अच्छा क्या हैदराबाद मेरे दिमाग में हमेशा एक बात आती है कि हिंदुस्तान का जो हैदराबाद है वैसा ही पाकिस्तान का होगा लेकिन आ, मुझे ऑफ कैमरा भाजची ने ये बताया कि वो जो हैदराबाद था वो एक छोटा सा गांव था क्यों भाऊ जी छोटा सा था अच्छा तो थे जेडे भाजी उन्हाम ना श्री रूपचंद जी आहूजा दादाजी का नाम कन्हैयालाल जी आहूजा अच्छा जमीन अपनियाँ जमीन हान अच्छा। ਕੁ ਖੇ ਦਾ ਹੀ ਆਪਣੇ ਹਾਂ ਤੇ ਸਾਨੂੰ ਇੱਥੇ ਵੀ ਦਿੱਤੇ ਗਏ ਹਾਂ। ਹਾਂ ਤੇ ਖੂਹ ਵੀ ਹਾਈ ਕੋਈ। ਉਹ ਖੂਦ ਆਪਣਾ ਖੂਹ ਆਈ ਨਾ। ਅੱਛਾ ਨਾਮ ਕੀ ਆਈ ਖੂਹ ਦਾ? ਖੂਹ ਦਾ ਨਾਮ ਤਾਂ ਕੋਈ ਨਹੀਂ। ਚਲੋ। ਸਕੂਲ ਕਿਹੜੇ ਪੜਦੇ ਆਵੇ? ਹైదరాబాద్ ਇੱਕੋ ਸਕੂਲ ਸੀ। ਅੱਛਾ ਉੱਥੇ ਹੀ ਪੜਦੇ ਸੀ। ਚੌਥੀ ਤੱਕ ਆਈ। ਹਾਂ। ਪਹਿਲੀ ਜੁਗ ਲੈ ਕੇ ਚੌਥੀ ਤੱਕ। ਤੇ ਉਰਦੂ ਪੜਦੇ ਆ ਸੀ। ਉਰਦੂ ਪੜਦੇ ਆਵੇ। ਉਸਤਾਦ ਵਗੈਰਾ ਦੇ ਨਾਮ ਯਾਦ ਹਨ ਉਸਤਾਦ ਦੇਖੋ ਕਾਦਰਬਖਸ਼ ਨਾ ਸੀ ਅੱਛਾ ਤੇ ਸ਼ਰਮਾ ਸ਼ਰਮਾ ਨਾ ਆਪਣਾ ਗੰਗਾ ਰਾਮ ਦੇ ਚਾਚੇ ਲੱਗਦੇ ਨੇ ਗੱਲ ਲੱਗਦੇ ਨੇ ਪੰਡਿਤ ਗੰਗਾਦਰ ਦੇ ਅੱਛਾ ਮਦਨਾ ਹੁਣ ਭੁੱਲ ਗਿਆ ਕਿ ਕਾਦਰਬਖਸ਼ ਕਾਦਰਬਖਸ਼ ਯਾਦ ਹੈ ਉਹ ਮੀਆਂ ਵਾਲੀ ਦਾ ਹైదరాబాద్ ਦਾ ਯਾਰ ਹైదరాబాద్ ਸੀ ਉਹ ਮਸਲ ਬੜਾ ਮਾਰਦਾ ਸੀ ਮਾਰਦਾ ਸੀ ਕਿਉਂ ਮਰਦਾ ਸੀ ਤਾਕੂ ਉਹ ਪੜਾਈ ਦੇ ਕਮਜ਼ੋਰਾ ਸੀ ਅੱਛਾ ਓਂਗਲਾ ਦੇ ਵਿੱਚ ਕਲਮਾ ਪਾ ਕੇ ਤੇ ਮਰੋੜ ਦਿੰਦਾ ਅੱਛਾ ਇਹ ਇਵੇਂ ਇਹ ਇੰਜ ਕਰਾ ਕੇ ਵਿੱਚ ਕਲਮਾ ਪਾਣੀਆ ਅੱਛਾ ਕਿ ਬਾਅਦ ਕਲਮਾ ਨੂੰ ਘੋੜਣਾ ਓਏ ਹੋਏ ਕਿ ਤੁਸੀਂ ਇਹ ਕੀ ਕਰਦੇ ਹੋ ਖੇਡਣ ਵਾਸਤੇ ਤੁਹਾਡਾ ਟਾਈਮ ਮਿਲਦਾ ਹੈ ਪੜ੍ਹਾਈ ਦਾ ਟਾਈਮ ਨਹੀਂ ਲੱਗਦਾ ਅੱਛਾ ਮਤਲਬ ਉਹ ਉਹ ਪੂਰਾ ਬਦਨਾਮ ਹੋ ਜਾਂਦਾ ਪੂਰੀ ਕਲਾਸ ਦੇ ਸਾਰਿਆਂ ਦੇ ਸਾਰੇ ਬਾਲੂ ਕੋ ਆਦੇ ਹੋ ਸਨ ਸਾਰੇ ਬਦਨਾਮ ਸਮਝ ਉਹ ਰੇਤ ਟਿੱਬਿਆਂ ਨੂੰ ਉੱਥੇ ਅਸਾਂ ਵਰ ਕੀ ਕਰਦੇ ਆਸੇ ਭਾਈ ਅੱਜ ਕਾਦਰ ਵਕਲ ਪੜਨਾ ਹੈ ਤਾਂ ਉਹ ਟੋਆ ਖੜਦੇ ਆਸੇ अच्छा टोआ ਖੱਡ ਕੇ ਤੇ ਕੁਰਸੀ ਦੇ ਉੱਤੇ ਲੱਕੜੀ ਰੱਖ ਕੇ ਤੇ ਰੇਤ ਪਾ ਦੇਣੀ ਜੋ ਮਾਸਟਰ ਜਾਨਨ ਥਲੇ ਫਾ ਵਿੱਚ ਅਸੀਂ ਹਣ ਚੱਕ ਕੇ ਤੇ ਭੱਜ ਜਾਂਦੇ ਸੀ ਅਗਲੇ ਦਿਹਾੜੇ ਕੀ ਹੁੰਦਾ ਆਈ ਵਾਲਾ ਨਹੀਂ ਦੋ ਦਿਨ ਮਾਸਟਰ ਆਪ ਭੁੱਲ ਜਾਂਦਾ ਆਈ ਠੀਕ ਹੈ ਠੀਕ ਹੈ ਠੀਕ ਉੱਥੇ ਇਹ ਕਰਦੇ ਰਹੇ ਹੂੰ ਸਕੂਲੇ ਚ ਜਿੱਥਾ ਪੜਦੇ ਆਵੇ ਹੂੰ ਸਕੂਲੇ ਚ ਸਵੇਰ ਕਿਵੇਂ ਥਿੰਦੀ ਆਈ ਮਤਲਬ ਸਵੇਰੇ ਸਵੇਰੇ ਪ੍ਰਾਰਥਨਾ ਥਿੰਦੀ ਆਈ ਜਾਂ ਦੁਆ ਥਿੰਦੀ ਆਈ ਜਾਂ ਕੀ ਥਿੰਦਾ ਆਈ ਪਹਿਲੇ ਬਸ ਉਹ ਪ੍ਰਾਰਥਨਾ ਕਰਦੇ ਹਾਂ ਹੂੰ ਪਹਿਲੇ ਤਾਂ ਹਿੰਦੁਸਤਾਨ ਸਾਰਾ ਇੱਕੋ ਹੀ ਹੈ ਜੀ ਹਾਂ ਤੇ ਇਹ 47 ਦੇ ਬਾਅਦ ਵਿੱਚ ਵਟਵਾਰਾ ਹੋਇਆ ਜੀ ਹਾਂ ਉਹ ਤਾਂ ਜਗ ਜ਼ਾਹਿਰ ਹੈ ਹੀ ਕਰਕੇ ਅਸੀਂ ਅੱਜ ਬੈਠੇ ਹਾਂ ਅੱਜ ਇੱਥੇ ਪਾਣੀ ਪਤਾ ਚੁੱਕਿਆ ਜੀ ਹਾਂ ਤੇ ਜਿਹੜਾ ਸਵੇਰੇ ਸਵੇਰੇ ਥਿੰਦੀ ਆ ਤੁਹਾਡੀ ਤਾਂ ਹੁਣ ਦੇ ਵੇਲੇ ਕਿਹੜੀ ਦੁਆ ਥਿੰਦੀ ਆ ਜਾਂ ਪ੍ਰਾਰਥਨਾ ਥਿੰਦੀ ਆ ਕੁਝ ਯਾਦ ਹੈ ਨਹੀਂ ਆ ਯਾਦ ਕੋ ਜੀ ਜੇ ਆਪ ਕੋਈ ਚੀਜ਼ਾਂ ਪਤਾ ਕਿਉਂ ਯਾਦ ਕੋਈ ਨਹੀਂ ਕਿਉਂਕਿ ਇੱਥੇ ਹੀ ਵੇਲੇ ਸਾਡੇ ਅਹੂਜਾ ਸਾਹਿਬ ਪੂਰੇ ਬਿਜ਼ਨਸਮੈਨ ਹੋ ਚੁੱਕੇ ਪਿੱਛੇ ਡੀਲ ਦੇ ਪੇ ਉਹ ਇਹ ਨਾਂਦਾ ਹੀ ਐਂਪਾਇਰ ਹੈ ਜਿਹੜਾ ਖੜਾ ਹੈ ਤੁਸੀਂ ਮੈਂ ਇਹ ਕਰਕੇ ਮੈਂ ਕਿਹਾ ਚਲੋ ਜੀ ਤੁਹਾਡਾ ਇੰਟਰਵਿਊ ਅਜਾਪਾ ਤੁਹਾਡੇ ਬਿਜ਼ਨਸ ਨੂੰ ਦਿਖੰਦੇ ਹੋਏ ਕਰੇ ਸਾਂ ਖੇਡ ਕਿਹੜੇ ਖੇਡ ਦੇ ਆਵੇ ਖੇਡਿਆ ਜੇ ਉਲੀ ਡੰਡਾ ਹੂੰ ਤੇ ਉਲੀ ਡੰਡਾ ਬਸ ਇਹ ਦੋ ਖੇਡਾਂ ਬਸ ਬਸ ਇਹ ਗੁੱਲੀ ਡੰਡਾ ਤੇ ਦੂਜਾ ਉਲੀ ਡੰਡਾ ਤੇ ਬਾਲ ਬਣਾਉਣੀ ਕਪੜੇ ਦੀ ਹਾਂ ਜੋ ਗੁੱਲੀ ਡੰਡਾ ਅੱਛਾ ਅ ਤਾੜੇ ਭਰਾ ਭੈਣ ਕਿਤਨੇ ਹਨ ਸਾਫ ਸਾਫ ਉਸਲੇ ਤਾਂ ਦੋ ਭਰਾ ਸੇ ਜੋ ਪਾਕਿਸਤਾਨ ਚੋਂ ਆਏ ਹਨ ਜੀ ਹਾਂ ਤੇ ਇੱਕ ਭੈਣ ਆਈ ਅੱਛਾ ਫਿਰ ਇਸ ਹਿੰਦੁਸਤਾਨ ਜਾ ਕੇ ਦੋ ਬਣਾਈ ਇੱਕ ਭੈਣ ਹੋਈ ਤੇ ਦੋ ਭਰਾ ਹੋਏ ਤੁਸੀਂ ਉੱਥੇ 13 14 ਸਾਲ ਦੇ ਹੋਵੇ ਤੁਸੀਂ ਦੱਸਾਇਆ ਜੀ ਹਾਂ ਇਹਨਾਂ 13 14 ਸਾਲ ਦੇ ਦਰਮਿਆਨ ਤੁਸੀਂ ਕਿੱਥੇ ਸ਼ਾਦੀ ਪੁਨੀ ਤੇ ਵੰਦੇ ਆਵੇ ਗਏ ਆਵੇ ਯਾਦ ਹੈ ਕੋਈ ਪਾਕਿਸਤਾਨੀ ਜੀ ਹਾਂ ਹਾਂ ਉੱਥਾ ਤੇ ਗਾਂਦੇ ਆਪਣਾ ਨੋਤੇਰਾਮ ਸੁਨਾਰੇ ਦਾ ਭਰਾ ਆਈ ਜਸ ਵਿਸ਼ਨ ਦਾਸ ਜੀ ਹਾਂ ਇੰਦੀ ਬਰਾਤੇ ਗਿਆ ਸੀ ਕਿੱਥਾਂ ਗਈ ਆਈ ਬਰਾਤ ਇੱਕ ਸ਼ਹਿਰ ਕੋਈ ਭਾਈ ਸ਼ਹਿਰ ਉਹ ਉੱਥਾਂ ਤੇ ਗਿਆ ਸੀ ਹਾਂ ਤੇ ਕਚਾ ਵਿੱਚ ਬੈਠੇ ਵਾਹ ਉਹ ਝੂਟੇ ਆ ਦੇਣ ਆਹ ਹੋ ਜਾ ਦੇ ਰਗੂ ਹੁਣ ਉਹ ਉਹ ਲੜਕਾ ਹੈ ਰਗਨਾਥ ਅੱਛਾ ਉਹ ਉਹਦੇ ਪਰਾਤੇ ਗਿਆ ਸੀ ਅੱਛਾ ਤੇ ਵੈਸੇ ਉਹ ਆਪਣੇ ਜਾਣਦੇ ਆ ਸੀ ਹਾਂ ਪਰ ਉਹ ਵਿੱਚ ਵਿੱਚ ਹੁੰਦੀ ਆਂ ਤਾਂ ਕੋਈ ਖਾਸ ਸੁਣਾਈ ਹੁੰਦਾ ਉਹ ਸ਼ਾਦੀਆਂ ਪੁੰਨੀਆਂ ਤੇ ਉਹ ਅੱਜ ਦੀ ਸ਼ਾਦੀਆਂ ਪੁੰਨੀਆਂ ਦੇ ਵਿੱਚ ਕੋਈ ਤਾਂ ਗੋ ਕਿੰਨਾ ਇੱਕ ਫਰਕ ਨਜ਼ਰ ਆਉਂਦਾ ਬੜਾ ਫਰਕ ਹੈ ਅੱਛਾ ਉਸ ਵੇਲੇ ਸਾਨੂੰ ਮਿਲਦੀ ਆਂ ਧਗੜੀ ਤੇ ਹਲਵਾ ਧਗੜੀ ਕਿ ਆ ਹੁੰਦੀ ਇਹ ਸੁੱਕੀ ਰੋਟੀ ਸੁੱਕੀ ਰੋਟੀ ਮੈਂ ਕੋਈ ਚੀਜ਼ਾਂ ਜਾਣਦੇ ਹੋਏ ਜਾਣ ਪੁੱਛ ਕੇ ਪੁੱਛਦਾ ਪਿਆ ਤਾਂ ਕਿ ਇਹ ਜਿਹੜੀ ਸਾਡੀ ਦੇਖਣ ਵਾਲੀ ਜਨਰੇਸ਼ਨ ਵੀ ਬੈਠੀ ਹੈ ਕੋਈ ਜੁਨਾ ਨੂੰ ਪਤਾ ਲੱਗੇ ਧਗੜੀ ਤੇ ਹਲਵਾ ਹਲਵਾ ਤੇ ਘਰੋਂ achar ਲੈ ਜਾਂਦਾ ਸੀ ਅੰਬ ਦਾ ਅੱਛਾ ਜੇਂ ਦੇ ਘਰ ਬਰਾਤ ਹੋਏ ਨਾ ਰੋਟੀ ਖਾਣੀ ਹੈ ਆਪਣੇ ਆਪਣੇ ਘਰੋਂ achar ਕਾਕ ਅਸੀਂ ਵੇੜ ਕੇ ਲੈ ਜਾਂਦੇ ਸੀ ਅੰਬ ਦਾ ਹਾਂ ਤੇ ਉਹਦੇ ਨਾਲ ਚਟੇਂਦਿਆ ਸੀ ताकि हजम हो जाए पहला इंटरव्यू है जिसमें ये बात आ रही है कि हम घर से चीजें लेके जाते थे ये तो मैं पहली बार सुन रहा हूँ दिस में आप घरू लैके चार घरू लेते शादियाँ तो मिलता गया ना जी जा खा जाते अच्छा। <laughs> उस वक़्त दो किलो हलवा खा जाता आदमी हाँ खुराक तो चंगा हो इत पानीपत के मेरे विहदी हुई एक आदमी पांच किलो हलवा खा गया गह सुकने वाला ਉਹ ਲੜਕੀ ਵਾਲਾ ਪਿੱਟੇ ਮੇਰਾ ਹਲਵਾਈ ਸਾਰਾ ਖਤਮ ਕੀਤੀ ਜਾਂਦਾ ਉਹ ਇਹ ਜੀ ਖੁਰਾਕ ਹਨ ਉਸਟ ਹੈ ਪਰ ਹੁਣ ਤਾਂ ਇਸ ਵਕਤ 50 ਗ੍ਰਾਮ ਵੀ ਕੋਈ ਨਹੀਂ ਖਾ ਸਕਦਾ ਜੀ ਆ ਉਹ ਦੰਦੇ ਲਵਾਉ ਚਾ ਬਸ ਬਸ ਉਹ ਨਾਲੇ ਕੁਝ ਨੂੰ ਬਿਮਾਰੀਆਂ ਬੜੀਆਂ ਪੈ ਗਈਆਂ ਹਾਂ ਕੋਈ ਕਹਿੰਦਾ ਮੈਨੂੰ ਸ਼ੂਗਰ ਹੈ ਕੋਈ ਕੁਝ ਕਹਿੰਦਾ ਹੈ ਹਮ ਔਰ ਖਾਣ ਪੀਣ ਹੁਣ ਖਤਮ ਹੋ ਚੁੱਕਾ ਹੈ ਤੇ ਜਿਹੜਾ ਉਹ ਤੁਸੀਂ ਉਹ ਵਾਲਾ ਜਿਹੜਾ ਜਨਾਬ ਗਲੀ ਦੇ ਦਰਮਿਆਨ ਬੈਠੇ ਹੋਰ ਆ ਸਕਦੇ ਉਹ ਜਿਹੜਾ खूब वेले का स्वाद है क्या अच्छ भी याद है बड़ा कुछ है वो जो खाँ से दगड़िया ही खाद्यास कुछ खाँग खाते कच्ची गरी खा रहे वाह तो हूँ जरा पराठे खाइए तो कोई मजा ही नहीं क्या भाई कुछ है क्या नहीं जी 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 पहले पहले असा हिंदुस्तान ही आया है चावल कणक जी आई अगर दो दिन की रोटी पर्म करके खाते हूँ अस घंटे बाद रोटी नहीं खा सकते ताज़ी बने ताज़ी बनेगी मिलेगी तो वो ठीक है नहीं तो वरना रोटी सुख जाएगी खत्म हो जाएगा ਹਉਣ ਇਹ ਪੋਲਿਊਸ਼ਨ ਨੇ ਅ ਤੁਸੀਂ ਦੱਸਾਇਆ ਭਾਈ ਉੱਥਾਂ ਇਹ ਚੀਜ਼ਾਂ ਖਾਂਦੇ ਆ ਸੇ ਕਿਆ ਸ਼ਾਦੀਆਂ ਪੁਨੀਆਂ ਦੇ ਦਰਮਿਆਨ ਹੋਵਣ ਵਾਲੇ ਪ੍ਰੋਗਰਾਮਜ਼ ਹੁੰਦੇ ਆ ਜਿਹੜੇ ਉਹ ਅੱਜ ਕੱਲ ਤਾਂ ਚਲੋ ਡੀ ਜੀ ਥੀ ਗਏ ਪਹਿਲੇ ਵਾਲੇ ਕਿਵੇਂ ਸੀ ਧਿਆਨ ਪਹਿਲੇ ਬਸ ਢੋਲ ਲੈ ਜਾਂਦੇ ਸਨ ਸ਼ਾਦੀ ਜੋ ਕਰਾਉਂਦੇ ਨੇ ਕੋਈ ਬੈਂਡ ਆਈ ਕੋਈ ਨਹੀਂ ਹੂੰ ਘੋੜੀ ਕੋਂਦੀ ਆ ਇਤਨਾ ਵਾਲਾ ਆਪਣਾ ਫੈਦਲ ਚੱਲਦਿਆ ਸੀ ਬਸ ਬਸ ਹੋਰ ਡੂ ਡੂ ਤਰੇ ਤਰੇ ਦਿਹਾੜੇ ਪਹਿਲੇ ਉਹ ਸਾਢੇ ਕੋਈ ਨਹੀਂ ਹੁੰਦਾ ਇਹ ਕਿਨਹਾਂ ਜੋਂਦਾ ਹੀ ਸਾਢੇ ਪਰਵਾਜ਼ ਕੋਈ ਨਹੀਂ ਸਾਡੇ ਬਾਰੇ ਇੱਕ ਰਾਤ ਦਾ ਹੀ ਟਾਈਮ ਹੈ ਬਸ ਰੋਟੀ ਖਾਓ ਸਵੇਰ ਆਪਣੀ ਡੋਲੀ ਲੈ ਕੇ ਜਾਓ ਅਸਾਂ ਨਹੀਂ ਕਰ ਸਕਦੇ ਇੱਥੇ ਵੀ ਹੁਣ ਰਾਤ ਕੋਈ ਜਾਣਾ ਪੈ ਜਾਵੇ ਹੁਣ ਮੇਰੀ ਸ਼ਾਦੀ ਹੋਈ ਆਈ ਪੰਜਾਬ ਵਿੱਚ ਅਸੀਂ ਉੱਥੇ ਰਹਿ ਆਤੀ ਉਹਨਾਂ ਨੂੰ ਬਿਸਰੇ ਇਕੱਠੇ ਕਰਨਾ ਤੇ ਸਮਾਨ ਇਕੱਠਾ ਕਰਨਾ ਤਕਲੀਫ ਹੁੰਦੀ ਆ ਜੀ ਪਰ ਸਾਡੀ ਮਜਬੂਰੀ ਆਈ ਕਿ ਰਾਤੀ ਵੀ ਸ਼ਾਦੀ ਸਵੇਰ ਪੜਨੀ ਹੈ ਸਿਕਿਓ ਸਾਡੀ ਸ਼ਾਦੀਆਂ ਪੜੀ ਜਾਂਦੀਆਂ ਨੇ ਸਵੇਰੇ ਪੰਡਤ ਕੱਢ ਲਈ ਮਹੁਰਤਾਂ ਸਵੇਰੇ 4 ਵਜੇ ਦਾ ਹਾਂ ਭਾਈ ਨਹੀਂ ਉਹ ਇਸ ਕਰਕੇ ਵੀ ਕਰਦੇ ਆ ਨਾ ਭਾਈ ਤਾਰਾਂ ਦੀ ਛਾਂ ਰਤੀ ਫੇਰੇ تھی ਵੰਨ ਆ ਫੇਰੇ تھی ਵੰਨ ਤੇ ਢੋਲੀ ਆਪਣਾ ਸਵੇਰ ਤਾਰੇ ਛਾਂ ਤੇ ਚਲੀ ਜਾਵੇ ਚਲੀ ਵੰਨੇ ਜੀ ਉਹ ਇਸ ਵਕਤ ਇਹ ਫਰਕ ਆਈ ਪਰ ਹੁਣ ਤਾਂ ਸ਼ਹਿਰਾਂ ਚੋਂ ਲੱਗੀ ਸ਼ਾਦੀਆਂ ਤੇ ਇਸ ਵਕਤ ਇੱਕ ਚੀਜ਼ਾਂ ਰੁਗ ਗਈਆਂ ਇੱਕ ਵਾਰੀ ਆਪਣੇ ਘਰ ਦਾ ਨਕਸ਼ਾ ਦੱਸਾ ਉਹ ਪੁਰਾਣਾ ਘਰ ਕਿਵੇਂ ਹੁੰਦਾ ਏ ਉਹ ਸਾਡਾ ਗਾਜੜਾ ਅਸਲੀ ਪੁਰਾਣਾ ਕੋਈ ਨਹੀਂ ਅੱਛਾ ਉਹ ਲੜਾਈ ਤਾਂ ਪਹਿਲੇ ਹੀ ਵਟਵਾਰੇ ਤੋਂ ਪਹਿਲੇ ऐसा नवा बनाया है सरपंच जी क्या बात है अच्छा वो मेरे ख्याल इसे साल को नहीं हुआ चढ़ना पाएगी आज यानी कि संताली लड़ाई हुई है छाली दिन छाली सौ सां पिंताली छाली दिन महोरत करके दाई महोरत करके बैठ के आएगे आपे हाँ अच्छा जनाब सोचने वाली बात है कि आ... मोली में बंधे हुए आम के पत्ते दरवाजे हमारे गेट पे टंगे हुए हैं और कोई आ के कह देता है कि निकलो अब ये घर मेरा है यहाँ भी शायद ऐसा ही कुछ हुआ था क्योंकि ऐसा कई कहानियों में हमारे साथ हुआ है तो एक बार मैनू फिर भी नवे घर का नक्शा दसाओ शायद वो मकान आज भी खड़ोता हो सी मकान खड़े जीवन दास है रामदत्ता है मकान खड़ा है साढ़ा मगर मिट्टी मिट्टी होया पे उसे वसों को अच्छा खाली पे हो

ਖਾਸ ਹైదరాబాద్ ਦੇ ਵਿੱਚ ਖਾਸ ਹైదరాబాద్ ਤੁਸੀਂ ਕਿਹੜੀ ਗੱਲੀ ਦੱਸੀ ਆਈ ਇਹ ਆਮ ਰਾਮਚੰਦ ਜੰਡੀ ਦੀ ਚੱਕੀ ਆਈ ਤੇ ਉਹਦੇ ਨਾਲ ਗੱਲੀ ਪਈ ਆਈ ਵਿੱਚ ਅੰਦਰ ਵਈ ਆਈ ਅੱਛਾ ਉਹਦੀ ਚੱਕੀ ਹైదరాబాద్ ਦੀ ਉਹ ਚੱਕੀ ਆਈ ਜਿਹੜਾ ਕਣ ਅੱਟਾ ਪਿੰਦੀ ਆਈ ਅੱਟਾ ਪਿੰਦੀ ਆਈ ਰਾਮਚੰਦ ਨੂੰ ਮਿਲੇ ਮਸ਼ਹੂਰ ਹੋ ਸੀ ਰਾਮਚੰਦ ਜੰਡੀ ਮਸ਼ਹੂਰ ਆਈ ਪਹਿਲੇ ਉਸਤਾਦ ਨੰਦ ਲਾਲ ਦਾ ਨਾਮ ਆਈ ਉਸ ਤੋਂ ਬਾਅਦ ਇਸੇ ਹੀ ਉਸਤਾਦ ਉਸਤਾਦ ਆ ਗਿਆ ਅੱਛਾ ਇਹ ਚੱਕੀਆਂ ਫੇਟ ਕਰਦਾ ਆਈ ਉਸਤਾਦ ਜੀ ਹਰ ਚੀਜ਼ ਨੂੰ ਫੇਟ ਕਰਦੇ ਆ ਹైదరాబాద్ ਕੇ ਦੇਖਣ ਵਾਲੇ ਲੋਕ इस वीडियो के बाद ज़रूर वहाँ पे कुछ पुराने बुजुर्गों से पूछें कि कोई नंदलाल नाम का शख्स था जिसको उस्ताद नंदलाल भी कहा जाता था वो हर चीज़ का कारीगर था ठीक है उसके बारे में ज़रूर पूछें क्योंकि पानीपत में ये जितना भी अम्पायर है हैंडलूम से जुड़ा हुआ या खड्डियों से जुड़ा हुआ वो उस शख्स की बदौलत है हम उसके ऊपर एक विशेष कार्यक्रम करेंगे लेकिन इन्होंने जैसे बताया कि दो लोग थे रामचंद और उस्ताद नंदलाल उन पर आप हमें ਜ਼ਰੂਰ ਕਮੈਂਟਸ ਕਰਕੇ ਬਤਾਈਏਗਾ ਆਡੀਓ ਮੈਸੇਜ ਭੇਜੇਗਾ ਵੀਡੀਓ ਮੈਸੇਜ ਭੇਜੇਗਾ ਸਭ ਕੁਝ ਬੜਾ ਵਧੀਆ ਆਈ ਪਿਆ ਬਹੁਤ ਵਧੀਆ ਆਈ ਠੀਕ ਠਾਕ ਆਪਣਾ ਭਾਈ ਨਰੈਣ ਸਿੰਘ ਸੰਤਨ 47 ਹੋਇਆ ਪਤਾ ਲੱਗਾ ਜੀ ਕਿਵੇਂ ਇੱਕਦਮ ਅਚਾਨਕ ਝਟਕਾ ਲੱਗਾ 47 ਜੀ ਪਤਾ ਲਗਾ ਕਿ ਭਾਈ ਵਟਵਾਰਾ ਹੋ ਗਿਆ ਹਿੰਦੁਸਤਾਨ ਦਾ ਪਾਕਿਸਤਾਨ ਦਾ ਹਾਂ ਉਹਦੇ ਵਿੱਚ ਸਾਨੂੰ ਇਤਲਾ ਮਿਲੀ ਭਾਈ ਤੁਸੀਂ ਹਿੰਦੁਸਤਾਨ ਜਾਣੇ ਤੁਸਾਂ ਉਸ ਟਾਈਮ ਕੀ ਕਰ ਰਹੇ ਵਿਦਿਆਵੇ ਜਸਟ ਹਮ ਤਾਕੂ ਪਤਾ ਲੱਗਾ ਕਿ ਮੇਕੋ ਤਾਂ ਹੋਂ ਨਿਕਲਣਾ ਪੋਸੀ ਮੇਰਾ ਤਾਂ ਸਭ ਕੁਝ ਇੱਥਾ ਰਹਿ ਗਿਆ ਉਸ ਅਸਦ ਉਸੇ ਛੋਟਿਆ ਸੇ ਮਾਪ ਤਾਪੀ ਦਾ ਕੀਆ ਭਾਈ ਸਾਰੇ ਜਾਣੇ ਅੱਛਾ ਤੇ ਰਾਤੀ ਸਾਡੇ ਉਤੇ ਚੜਾਈ ਕਰਨ ਵੀ ਆਏ ਹਮ ਮੁਸਲਮਾਨ ਅੱਛਾ ਤੇ ਉਸ ਵਕਤ ਖੈਰ ਚਲੇ ਗਏ ਫਿਰ ਬਾਅਦ ਹੀ ਗਏ ਸਾਰੇ ਗੁਰਦੁਆਰੇ ਭਾਈ ਨਰੈਨ ਸਿੰਘ ਦੇ ਉੱਥੇ ਗੁਰਦੁਆਰਾ ਹੀ ਮੰਦਰੀ ਹਨ ਮਗਰ ਭਾਈ ਨਰੈਨ ਸਿੰਘ ਨੂੰ ਕਿਹਾ ਉਹਨੇ ਕਿਹਾ ਜੋ ਹੋ ਗਿਆ हो गया आज तो बात ਤੁਹਾਡੇ ਅੰਦਰ ਹੀ ਇਸ ਇਲਾਕੇ હિન્દੂਆਂ ਵਾਲੇ ਆ ਕੇ ਕੋਈ ਨਹੀਂ ਆਏਗਾ اچھا ਉਹਨੇ ਆਪਣਾ ਕੜਾ ਉਤਾਰਿਆ ਤੇ ਕੜੇ ਜ ਮੰਦਰ ਪੜਿਆ ਤੇ ਉਹਨੇ ਕੜਾ ਸਾਰੇ ਚਰਵੋ ਫੇਰ ਦਿੱਤਾ اچھا ਜਿਵੇਂ ਲక్ష్మణ ਰੇਖਾ ਹੁੰਦੀ ਹੈ ਨਾ ਉਹਨਾਂ ਨੇ ਰੇਖਾ ਬਣਾਤੀ ਭਾਈ ਇਸ ਰੇਖਾ ਨੂੰ ਪਾਰ ਕਰਕੇ ਮੁਸਲਮਾਨ ਕੋਈ ਨਹੀਂ ਅੰਦਰ ਆ ਸਕਦਾ اچھا ਬਸ ਦੋ ਦਿਨ ਤੋਂ ਬਾਅਦ ਉਹ ਆ ਵੀ ਨਹੀਂ ਸਹੀ ਅੰਦਰ ਹੋ ਜਾਵੇਂ ਅੰਦਰ ਆਵੇਂ ਨਹੀਂ ਵਾਪਸ ਚਲੇ ਜਾਵੇਂ ਚਾ ਐਗੇ ਮੈਂ ਭਾਈ ਇਹ ਉਹਨਾਂ ਦੀ ਤਾਕਤ ਆਈ ਤਾਕਤ ਆਈ ਸ਼ਕਤੀ ਆਈ ਉਹਨਾਂ ਦੀ ਸ਼ਕਤੀ ਆਈ ਭਾਈ ਨਰੈਣ ਸਿੰਘ ਜੀ ਭਾਈ ਨਰੈਣ ਸਿੰਘ ਭਾਈ ਗੁਰਦੁਆਰਾ ਇੱਥੇ ਖੜਾ ਹੈ ਜੀ ਜੀ ਇੱਥੇ ਗੁਜ਼ਰੇ ਇੱਥੇ ਆ ਕੇ ਨੋ ਹੂੰ ਤੇ ਇਹ ਸਾਨੂੰ ਵਿਜਲੇ ਫਿਰ ਗਏ ਚਾਰ ਫੌਜੀ ਗੋਰਖਾ ਹੋ ਜਾਈ ਇਹ ਟਰੱਕ ਲੈ ਗਏ ਤੇ ਸਾਨੂੰ ਤੋਂ ਟਰੱਕ ਲੈ ਆਏ 18000 18000 ਤੋਂ ਬਾਅਦ ਕੀ ਹੋਇਆ ਇੱਕ ਬ੍ਰੇਕ ਤੋਂ ਬਾਅਦ ਦੋਸਨੇ 18000 ਤੋਂ ਪਹਿਲੇ ਐਡਸਾਓ ਕੀ ਭਾਈ ਨਰੈਣ ਸਿੰਘ ਜੀ ਨੇ ਜਿਹੜਾ ਉਹ ਬਣਾਇਆ ਹੈ ਉਹ ਕਹਲਾ ਫੇਰਿਆ ਤੇ ਦੂਜੇ ਦਿਨ ਉਹਨਾਂ ਨੇ ਐਲਾਨ ਕੀਤਾ ਕਿ Hindu ਕੋਲ ਜਿੰਨਾ ਪੈਸਾ ਹੈ ਫालतू ਜੋ ਨਹੀਂ ਚੁੱਕ ਸਕਦੇ ਪੈਸਾ ਕੋਈ ਚੁੱਕ ਨਹੀਂ ਸਕਦਾ ਸੀ ਭਾਈ ਜੋ ਸਮਾਨ ਕੀਮਤੀ ਹੈ ਸਭ ਗੁਰਦੁਆਰੇ ਪੁਜਾ ਦਿਓ ਅੱਛਾ ਸਾਰਾ ਸਮਾਨ ਸਾਰਿਆਂ ਜਾ ਕੇ ਗੁਰਦੁਆਰੇ ਜਮ੍ਹਾਂ ਕਰਾਇਆ ਜਿੰਨਾ ਕਹਨ ਤਾਕਤ ਹੈ ਦੇ ਆ ਭਾਈ ਨਰੈਨ ਸਿੰਘ ਨੂੰ ਇਹਨਾਂ ਨੇ ਐਲਾਨ ਕਰਤਾ ਭਾਈ ਹਿੰਦੂਆਂ ਦਾ ਜੋ ਧਨ ਹੈ ਜੋ ਪੈਸਾ ਹੈ ਜੋ ਕੁਝ ਹੈ ਤੁਹਾਨੂੰ ਗੁਰਦੁਆਰੇ ਤੋਂ ਮਿਲ ਜਾਏਗਾ ਠੀਕ ਹੈ ਆ ਕੇ ਲੈ ਜਾਓ ਤੇ ਉਹ ਕੋਈ ਹਿੰਦੂ ਕੋਲ ਹੁਣ ਕਾਸ਼ ਨਹੀਂ ਵੇ ਫਿਰ ਇਹਨਾਂ ਨੇ ਸਾਨੂੰ ਤਾਂ ਭੇਜ ਦਿੱਤਾ ਠੀਕ ਹੈ ਇਧਰ ਗੱਟ ਇਸੇ ਤੇ ਉਹ ਗਸਾਂ ਗਏ ਫੌਜੀ ਅਸਾ ਚੜੇ ਟਰੱਕਾਂ ਤੇ ਤੇ ਉਹਦੇ ਭਾਈ ਨਰੈਨ ਸਿੰਘ ਨੇ ਮੁਸਲਮਾਨਾਂ ਨੂੰ ਬੁਲਾ ਕੇ ਸਾਰਾ ਚੁਕਾਣਾ ਦੇ ਦਿੱਤਾ ਲਓ ਚੁੱਕੋ ਭਾਈ ਕਿਨੂੰ ਕਿ नोट दू समान दता जो दें दे गए मारा दता मतलब दान कर कराए वो दे देता जान के आप दिता उन्हें लुटिया कोई नहीं लुट्ट आए से जो अच्छा। खड़ा फेरता आ नहीं सके हाँ। फिर महाराज ने आप हाँ। देता भाई ये कि कर रहे है उत्ताद नंद तो भाई नारायण सिंह पीछे रह गए अच्छा ये दो दिन बाद आए भाई दरबार साहब नए के उ दरबार साहब लाया अठारह हजार ही उ जल प्रवान किया ਐ ਜ਼ਰਾ ਕਲੀਅਰ ਕਰੋ ਜਿਹੜਾ ਦਰਬਾਰ ਸਾਹਿਬ ਆਈ ਇਹ ਕਿਹੜੇ ਗੁਰਦੁਆਰੇ ਚਾਈ ਭਾਈ ਨਰੈਨ ਸਿੰਘ ਗੁਰਦੁਆਰਾ ਉੱਥੇ ਉੱਥੇ ਹਾਇਦਰਾਬਾਦ ਵਿੱਚ ਉਹ ਵੀ ਭਾਈ ਨਰੈਨ ਸਿੰਘ ਦੇ ਨਾਮ ਤੋਂ ਆਈ ਹਾਂ ਅੱਛਾ ਉਹ ਲੈ ਆਏ ਤੇ ਉਹਨਾਂ ਆ ਕੇ ਜਲ ਪ੍ਰਵਾਹਨ ਕੀਤਾ ਕਿਉਂ ਕੀਤਾ ਨਾਲ ਕਿਉਂ ਨਾਲ ਨਾਲ ਲੈ ਸਕਦੇ ਨਾ ਕਿਉਂਕਿ 18000 ਜੋ ਬਾਤ ਕੀ ਉਹ ਜਾ ਵਾਂਗੇ ਕੀ ਅੱਛਾ ਅੱਛਾ ਨਦੀ ਮਿਲੀ ਨਦੀ ਠੇਲ ਦਿੱਤਾ ਠੀਕ ਹੈ ਠੀਕ ਹੈ 18000 ਨਾਲ ਨਦੀ ਮਿਲੀ ਸੀ ਨਾ ਠੇਲ ਦਿੱਤਾ ਹਾਂ ਫਿਰ ਅਸੀਂ ਉਥੋਂ ਗੱਡੀ ਤੇ ਚੜ੍ਹੇ ਠੀਕ ਹੈ ਗੱਡੀ ਤੇ ਆਏ ਤੇ ਸਾਰੇ ਆਪਣੇ ਜਿਵੇਂ ਡਮੇਜ ਬੈਗਾ ਜਿੱਥੇ ਵੀ ਆਈ ਵੀ ਮੈਂ ਚੜ ਗਏ ਤੇ ਉਸ ਤੋਂ ਬਾਅਦ ਅਸੀਂ ਦੀਵਾਲੀ ਵਾਲੇ ਦਿਨ ਰਾਤ ਆਈ ਅਸੀਂ ਪਹੁੰਚੇ ਅੰਬਰਾਸਰ ਠੀਕ ਹੈ ਉੱਥੋਂ ਫਿਰ ਗਏ ਰੋहतक ਉਸ ਗੱਡੀ ਦੇ ਵਿੱਚ ਹੀ ਅੱਛਾ ਗੱਡੀ ਉੱਥੋਂ ਫਿਰ ਸਾਨੂੰ ਭੇਜ ਲਾਲੀ 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 ਸਾਨੂੰ ਕੋਈ ਜਗ੍ਹਾ ਇਹ ਨਜ਼ਰ ਆਈ ਵੀ ਜਿੱਥੇ ਅਸੀਂ ਕਾਮਯਾਬੀ ਪਾਵਾਗੇ ਇਸ ਤਰ੍ਹਾਂ ਦੀ ਕਾਮਯਾਬੀ ਇਹ ਹੈਂਡਲੂਮ ਦੀ ਕਿਉਂਕਿ ਉੱਥੇ ਹੀ ਜੁਲਾਈ ਸੀ ਠੀਕ ਹੈ ਤੇ ਇਸੇ ਸਾਡਾ ਕੰਮ ਕੋ ਨਹੀਂ ਹਮ ਕੋਈ ਜਗ੍ਹਾ ਸਨੇ ਉਸਤਾਦ ਨੰਦ ਲਾਲ ਜੀ ਨੂੰ ਕਹਿੰਦਾ ਕਿ ਇਸ ਤਰ੍ਹਾਂ ਦੀ ਨਾਲ ਕੋਈ ਨਹੀਂ ਹੋਣਾ ਫਿਰ ਮਦਨ ਲਾਲ ਸ਼ਾਸਤਰੀ ਆਉਂਦਾ ਹੈ ਤੇ ਉਸਤਾਦ ਨੰਦ ਲਾਲ ਜੀ ਪੰਡਿਤ ਜਵਾਹਰ ਲਾਲ ਨਹਿਰੂ ਕੋਲ ਗਏ ਅੱਛਾ ਪੰਡਿਤ ਜੀ ਕੋਲ ਗਏ ਤਾਂ ਪੰਡਿਤ ਜੀ ਕਿਹਾ ਮੈਂ ਤੁਹਾਡੀ ਕੀ ਮਦਦ ਕਰਾਂ ਹਮ ਇਹਨਾਂ ਨੇ ਕਿਹਾ ਸਾਨੂੰ ਹੋਰ ਮਦਦ ਪੁੱਛੀ ਚਾਹੀਦੀ ਅਸੀਂ ਆਪ ਜੁਲਾਈਆਂ ਕੰਮ ਆਖ ਖਾ ਸਕਦੇ ਹਾਂ ਹਮ ਸਾਨੂੰ ਜਗ੍ਹਾ ਉਹ ਦਿਓ ਜਿੱਥੇ ਅਸੀਂ ਕਾਮਯਾਬ ਹੋ ਜਾਈਏ ਠੀਕ ਹੈ ਫਿਰ ਪੰਡੇ ਜਵਾਈ ਲਾਲ ਨਹਿਰੂ ਨੇ ਇਹ ਕਿਹਾ ਕਿ ਇਹ ਦਿੱਲੀ ਤੋਂ ਇਸ ਪਾਸੇ ਪੰਜਾਬ ਤੱਕ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਂਦੀ ਹੈ ਤੁਸੀਂ ਦੇਖਾਓ ਮੈਂ ਲਾਟ ਕਰ ਦਿਆਂਗਾ ਠੀਕ ਹੈ ਫਿਰ ਉਹ ਆਏ ਸੋਨੀਪਤ ਸੋਨੀਪਤ ਉਹਨਾਂ ਨੂੰ ਜਗ੍ਹਾ ਪਸੰਦ ਨਹੀਂ ਆਈ ਫਿਰ ਪਾਣੀ ਪਤਾ ਆਇਆ ਤਾਂ ਪਾਣੀ ਪਾ ਦਿੱਥੇ ਮੁਸਲਮਾਨਾਂ ਦੀਆਂ ਖਡੀਆਂ ਵਿੱਚ ਪਿਆਨ ਠੀਕ ਹੈ ਫਿਰ ਉਹਨਾਂ ਨੇ ਕਿਹਾ ਬਈ ਇੱਥੇ ਖਡੀਆਂ ਵਿੱਚ ਪੁਰਾਣੀਆਂ ਪਈਆਂ ਇੱਥੇ ਕੰਮ ਹੋ ਸਕਦਾ ਹੈ ਹਮ ਇਹਨਾਂ ਫਿਰ ਪੰਡੇ ਜੀ ਗਏ ਪੜੇ ਜੀ ਨੂੰ ਆਖੋਨੇ ਸਾਨੂੰ ਪਾਣੀ ਪਰ ਲਾਟ ਕਰੋ ਹੂੰ ਉਹਨਾਂ ਸਾਨੂੰ ਪਾਣੀ ਪਰ ਲਾਟ ਕੀਤਾ ਅੱਛਾ ਫਿਰ ਉਸ ਉੱਥੋਂ ਆਏ ਲਾਲੀ ਨੂੰ ਛੱਡ ਕੇ ਇੱਥੇ ਆਪਣਾ ਤਹਿਸੀਲ ਦੇ ਸਾਹਮਣੇ ਮੈਦਾਨ ਸੀ ਹੂੰ ਅੱਜ ਕੱਲ ਤਾਂ ਕੋਟ ਬਣ ਗਿਆ ਹੂੰ ਇੱਥੇ ਮੈਦਾਨ ਆਈ ਇੱਥੇ ਤੰਬੂ ਲਾਇਆ ਗਿਆ ਗਵਰਨਮੈਂਟ ਨੇ ਤੰਬੂ ਲਾਇਆ ਤਾਂ ਸਾਨੂੰ ਇੱਥੇ ਰੱਖਾ 15 20 ਦਿਨ ਅ ਜਿਹੜੇ ਨਹਿਰੂ ਨੇ ਆਖਾਈ ਕਿ ਮੈਂ ਤੁਹਾਨੂੰ ਅਲਰਟ ਕਰ ਦੇਸਾਂ ਨਹਿਰੂ ਨੇ ਆਖਾਈ ਜਾਂ ਗਾਂਧੀ ਨੇ ਆਖਾਈ ਨਹਿਰੂ ਅੱਛਾ ਨਹਿਰੂ ਨਾ ਖਾਈ ਇਹ ਹੁਣ ਨਾਲ ਤੁਸੀ ਗਏ ਨਹੀਂ ਹਾਂਜੀ ਹਾਂਜੀ ਮੈਂ ਸਮਝਾਂ ਜਿਵੇਂ ਸਾਹਿਬ ਨੇ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ ਜਿਵੇਂ ਮੁਸਾਜੀ ਦੱਸਿਆ ਮੁਸਾਜੀ ਨੇ ਦੱਸਿਆ ਕਿ ਨਹਿਰੂ ਨੇ ਆਗਿਆ ਕਰਤੀ ਹੈ ਭਾਈ ਇੱਥੇ ਜਾ ਕੇ ਰਹਿ ਸਕਦੇ ਹੋ ਉਹਨਾਂ ਕਰਤਾ ਅਸੀਂ ਇੱਥੇ ਆ ਗਏ ਠੀਕ ਹੈ ਫਿਰ ਇੱਥੇ 15 20 ਦਿਨ ਰਹੇ ਫਿਰ ਇਹਨਾਂ ਨੇ ਮਿਲਟਰੀ ਵੇ ਪੁਲਿਸ ਨੇ ਜੋ ਆਰਡਰ ਨਿਤਾ ਕਿ ਆਪਣੇ ਆਪਣੇ ਜਗ੍ਹਾ ਮੱਲ ਲਓ ਜਿਹੜੇ ਖਾਲੀ ਮਕਾਨ ਪੈਣ ਅੱਛਾ ਫਿਰ ਅਸੀਂ ਇਸੇ ਮਕਾਨ ਮੱਲੇ ਫਿਰ ਉਸ ਤੋਂ ਬਾਅਦ ਸਾਨੂੰ ਮਿਲੇ ਕਲੀਮ ਮਕਾਨ ਮਕਾਨ ਤੁਸੀਂ ਮੱਲੇ ਉਹ ਮਕਾਨਾਂ ਦੀ ਹੁਣ ਟਾਈਮ ਦੀ ਜਿਹੜੀ ਦਸ਼ਾ ਹੈ ਬਈ ਉਹ ਜਿਹੜਾ ਦੱਸਾ ਉਹ ਬਈ ਕਿਸ ਤਰ੍ਹਾਂ ਖਾਲੀ ਪਿਆ ਹਨ ਜਾਂ ਭਰੇ ਭਰਾਏ ਪਿਆ ਹਨ ਨਾ ਖਾਲੀ ਪਿਆਨ ਬਸ ਸੁਸਵਾਸ ਪਿਆਨ ਔਰ ਹਣ ਵੀ ਪੁਰਾਣੇ ਇਹ ਤਾਂ ਹੁਣ ਤਾਂ ਨਵੇਂ ਬਣ ਗਏ ਹਨ ਉਸ ਕੱਚੇ ਪੱਕੇ ਮਕਾਨ ਹਨ ਅੱਛਾ ਜਿਵੇਂ ਛੋੜ ਕੇ ਆਏ ਜਿਹੜੇ ਪਾਸੇ ਤੁਸੀਂ ਆਂਦੇ ਆਵੇ ਉਹਨੇ ਦਹਾਈ ਹਾਂ ਬਸ ਉਨੇ ਹੀ ਹਨ ਉਨੇ ਹੀ ਹਨ ਹਾਂ ਉਸ ਕੰਦੇ ਜਲ ਕੋਈ ਅੱਛਾ ਪਿਆਜ ਤਾਂ ਕੋਈ ਮਾੜਾ ਪਿਆਜ ਠੀਕ ਹੈ ਇੱਥੇ ਆ ਕੇ ਮੱਲੇ ਫਿਰ ਕਲੇਮ ਮਿਲਿਆ ਪਾਕਿਸਤਾਨ ਜਿਹੜੀ ਜਗਾ ਛੱਟ ਗਿਆ ਹੈ ਹੂੰ ਉਹਨਾਂ ਸਾਨੂੰ ਗਵਰਨਮੈਂਟ ਨੇ ਕਲੇਮ ਦਿੱਤੇ ਹੂੰ ਉਹਨਾਂ ਕਲੇਮਾਂ ਦੇ ਬਦਲੇ ਪੈਸੇ ਕੱਟੇ ਗਏ ਮਕਾਨਾਂ ਦੇ ਅੱਛਾ ਇੱਥੋਂ ਜਿਹੜੇ ਮਕਾਨ ਸਨ ਲੈ ਠੀਕ ਹੈ ਉਹਨਾਂ ਕਲੇਮਾਂ ਕੱਟ ਕੇ ਕਲੇਮ ਦਿੱਤੇ ਤੇ ਪਾਸ ਹੋ ਗਏ ਹੂੰ ਸਾਨੂੰ ਮਿਲੀ ਸੀ ਜ਼ਮੀਨ ਇਸ ਆਪਣਾ ਇਹ ਕੀ ਨਾਮ ਹੈ ਰਾਜਾ ਕਿਹੜੀ ਦੇ ਨਾਲ ਹੈ ਮਾਲੀ ਅੱਛਾ ਬਾਰਾ ਕਿੱਲੇ ਜ਼ਮੀਨ ਮਿਲੀ ਸੀ ਹੂੰ ਉੱਥੇ ਕਿੰਨੇ ਆਈ ਉੱਥੇ ਖੂ ਆਈ ਫੂਆ ਅੱਛਾ ਇਸੇ 12 ਕਿੱਲੇ ਮਿਲੀ ਹੂੰ 12 ਕਿੱਲੇ ਦੀ ਤੇ ਸਾਡੇ ਪਿਤਾ ਜੀ ਕਿਹਾ ਸੀ ਦਾ ਪਾਕਿਸਤਾਨ ਵਾਪਸ ਜਾਵਾਂਗੇ ਇਸੇ ਗੱਲ ਤੇ ਹਾਂ ਬਈਸਰ ਵਾਪਸ ਜਾਣਿਆ ਸੀ ਤੇ ਕਈ ਦਿਨਾਂ ਬਾਅਦ ਆਇਆ ਲੜਾਈ ਝਗੜਾ ਹੋ ਗਿਆ ਸੇ ਵਾਪਸ ਜਾਵਾਂਗੇ ਵਾਪਸ ਜਾਵਾਂਗੇ ਉਹ ਧਿਆਨ ਨਹੀਂ ਦੇ ਸਕਦੇ ਠੀਕ ਹੈ ਉਹ ਜਿਹੜਾ ਉਹ ਪੰਡਤ ਸਾਡਾ ਮਜ਼ੇਰਾ ਆਈ ਨਾ ਉਹਨੂੰ ਦੇ ਆਏ ਇਹ ਜਾਂ ਤੇਰੀ ਹੋ ਗਈ ਹਾਂ 12 ਕਿੱਲੇ 12 ਕਿੱਲੇ ਦੇ ਆਏ ਤੇਰੀ ਹੋ ਗਈ ਤੇਰੀ ਹੋ ਗਈ ਉਹਨੇ ਕਮ ਲਿਖ ਕਰ ਤਸਵੀਲ ਸਾਡੇ ਪਿਤਾ ਦੀ ਤਸਵੀਰ ਕਰ ਦੇ ਅੱਛਾ ਉਹ ਪੰਡਤ ਜੀ ਆਪਣਾ ਖੁਸ਼ ਹੋ ਗਏ ਚਲੋ ਭਾਈ ਸਾਨੂੰ ਤਾਂ ਮੀਨ ਮਿਲ ਗਈ ਇਹ ਮੁਫਤੀ ਇਹ ਸਾਡੇ ਪਿਤਾ ਜੀ ਮੰਨਦੇ ਜੇ ਅਸੀਂ ਕਿ ਅਸੀਂ ਵਾਪਸ ਜਾਵਾਂਗੇ ਠੀਕ ਹੈ ਉਹ ਵਾਪਸ ਕਹੇ ਜਾਣਾ ਆਈ ਵਸੇ ਹਿੰਦੁਸਤਾਨ ਪਾਕਿਸਤਾਨ ਹੁਣ ਜਦੋਂ ਬਿਲਕੁਲ ਬਟਵਾਰਾ ਹੋ ਗਿਆ ਸਾਨੂੰ ਇਹ ਮਿਲ ਗਈ ਆਪਣਾ ਜਗ੍ਹਾ ਲਈ ਜਿਹੜੀ ਮਕਾਨ ਅਸਾਂ ਬੈਠੇ ਆਏ ਇਹ ਸਾਡੇ ਮਾਮੇ ਠਾਕਰਦਾਸ ਦੇ ਨਾਂ ਰਿਸ਼ਤੀ ਆਈ ਉਹਨੂੰ ਮਿਲਾਇ ਕਲੇ ਮੈਂ ਅਸਾਂ ਉਹਨੂੰ ਅੱਧੇ ਪੈਸੇ ਦਿੱਤੇ ਤੇ ਆਪਣਾ ਨਾਂ ਕਰਾ ਲਈ ਮੈਂ ਕਾੜੇ ਲਾਲਾ ਜੀ ਕਿ ਕਿੰਨੇ ਸਾਲ ਤੱਕ ਚੰਦੇ ਰਹੇ ਕਿ ਮੈਂ ਇੱਕ ਵਾਰੀ ਵਾਪਸ ਬੰਨਾ ਇਹ 10 ਸਾਲ ਤੱਕ ਲੱਗੇ ਰਹੇ ਅੱਛਾ ਇਹਨਾਂ ਇਹ ਖਾਬ ਵੀ ਨਾ ਨਹੀਂ ਆਣਗੇ ਕਿ ਅਸੀਂ ਵਾਪਸ ਜਾਵਾਂਗੇ ਅਸੀਂ ਨਵਾਂ ਮਕਾਨ ਬਣਾ ਆਏ ਅਸੀਂ ਇਹ ਕਰਕੇ ਉਸ ਲਈ ਸਾਡੇ ਹైదਰਾਬਾਦੀ ਨਵਾਂ ਮਕਾਨ ਕਿਸਨ ਲਈ ਬਣਾ ਪੁਰਾਣਿਆਂ ਅੱਛਾ ਇਸ ਕਰਕੇ ਇਸ ਕਰਕੇ ਆ ਦੇ ਇਸੇ ਵਾਪਸ ਜਾਵਾਂਗੇ ਪਰ ਉਹ ਵਾਪਸ ਕਹੇ ਜਾਣਾ ਇੱਧਰ ਲੇਕਿਨ ਜਨਾਬ ਇਹ ਬਾਤ ਵੀ ਸੱਚ ਹੈ ਕਿ ਜਿਸ ਤਰ੍ਹਾਂ ਸੇ ਇਨਕੇ ਪਿਤਾ ਜੀ ਕਹ ਚਲੇ ਕਿ ਨਹੀਂ ਵਾਪਸ ਜਾਣਾ ਐ ਐਸਾ ਹਜ਼ਾਰਾਂ ਲੱਖਾਂ ਲੋਕੋ ਨੇ यही सोचा था कि बटवारा है बाद में सब ठीक हो जाएगा हम वापस अपनी अपनी जगह पे जाएंगे इसी मुगालते में हिंदुस्तान के हिंदू वो वाले जो यहाँ आ गए और हिंदुस्तान के पाकिस्तान हिंदुस्तान के मुसलमान वो वाले और यहाँ वाले जो इधर से उधर हो गए यही सोचते रहे सारी ज़िंदगी कि हम बाद में वहीं चले जाएंगे जहाँ से आए ਉਬਟਵਾਰਾ ਵੀ ਦੋਧਾ ਹੋਇਆ ਸੀ ਨਾ ਇੱਕ ਇੱਕ ਪੰਜਾਬ ਦਾ ਇੱਕ ਬੰਗਾਲ ਦਾ ਹਾਂ ਉਹਨਾਂ ਨੇ ਮੁਸਲਮਾਨਾਂ ਕਿਹਾ ਸੀ ਤੇ ਸਾਡੇ ਪੰਜਾਬ ਵਾਲੇ ਮੁਸਲਮਾਨਾਂ ਕਿਹਾ ਸੀ ਕਿ ਅਸੀਂ ਪਾਕਿਸਤਾਨ ਜਾਣਾ ਚਾਹੁੰਦੇ ਹਾਂ ਹੂੰ ਤਦੇ ਇੱਥੋਂ ਦੇ ਮੁਸਲਮਾਨ ਪਾਕਿਸਤਾਨ ਗਏ ਤੇ ਪਾਕਿਸਤਾਨ ਦੇ ਹਿੰਦੂ ਇੱਥੇ ਆ ਬਿਲਕੁਲ ਬਾਕੀ ਯੂਪੀ ਹੈ ਬਿਹਾਰ ਹੈ ਇਹਨਾਂ ਕੋਈ ਕਿਸੇ ਇਹ ਹਿੰਦੁਸਤਾਨ ਨਾਲ ਰਹਣੇ ਉਸ ਦਾ ਕਾਰਨ ਹੈ ਕਿ ਜਿਹੜੇ ਯੂਪੀ ਬਿਹਾਰ ਦੇ ਲੋਕ ਹਨ ਜ਼ਿਆਦਾ ਤੋਂ ਜ਼ਿਆਦਾ ਉਹ ਹਿੰਦੂ ਹੀ ਰਹੰਦੇ ਆਂ ਇੱਥੇ ਆਜ ਦੇ ਹਿੰਦੂ ਜਾਂ ਮੁਸਲਮਾਨ ਹੀ ਆਂ ਪਰ ਬਰਾਬਰ ਦੀ ਝੋਟ ਆਈ ਇਹ ਨਹੀਂ ਕਿ ਭਾਈ ਇਕੱਠੇ ਰਹੰਦੇ ਸੀ ਜਿਵੇਂ ਹੁਣ ਬਿਹਾਰ ਯੂਪੀ ਚ ਹੈ ਹਮ ਇਕੱਠੇ-ਕੱਠੇ ਅਸੀਂ ਵੀ ਇਕੱਠੇ ਸੀ ਮਗਰ ਸਾਡੇ ਬਟਵਾਰੇ ਸੀ ਹੁਣ ਇਹ ਸਾਨੂੰ ਫਰਕ ਪੈ ਗਿਆ ਕਿ ਸਾਡੇ ਹਿੰਦੂ ਉੱਥੋਂ ਇੱਥੇ ਆ ਗਏ ਤੇ ਇੱਥੋਂ ਦੇ ਮੁਸਲਮਾਨ ਉਧੇ ਚਲੇ ਚਲੇ ਜੀ ਔਰ ساری ਦੁਨੀਆ ਇਸੀ ਬਾਤ ਤੇ ਲੜ ਰਹੀ ਹੈ ਕਿ ਜੋ ਬਟਵਾਰਾ ਹੁਆ वो सही नहीं हुआ बंटवारा देखो जी उस टाइम सही था जो कहते हैं कि भाई ये गलत हुआ है उस टाइम सही था मगर आज की पोल्यूशन ये है कि जो हमारे हिंदू भाई या मुसलमान उधर से आ रहे हैं अब हमारे नेता लोग कहते हैं इनको मानता दी जाए इनके अरे मानता दो हम ये नहीं कहते मत दो मानता दो मगर वो जगह जो इन इनके हिस्से है वो तो लो हाँ। पाकिस्तान को खो हमारी वो जगह दो किसी नेता के लिए ये नहीं है नेता यही सोचता है मैं अपना चौधरी चुदर, बन जाऊं देखा जाएगा पब्लिक मरती है मरने दो परवाह नहीं है चलिए हम सैतालीस का जिक्र कर रहे थे लेकिन कहीं ना कहीं बाबूजी ने आज की बिगड़ी हुई और दुखती हुई रग पे हाथ रख दिया है वाजिब है क्योंकि हर हिंदुस्तानी के दिल में वो बात तो खटक ही रही है जो आज सोशल मीडिया का एक मुद्दा बनी हुई है लास्ट एक ब्रेक कर लेते हैं एक बार हमने पिताजी को बोला था कि जब हिंदुस्तान पाकिस्तान बना कि हम पंडित जवाहरलाल नेहरू का दर्शन करना चाहते हैं उस टाइम मेरी उम्र थी पंद्रह सोलह साल की यानी हिंदुस्तान आज़ाद होते ही सा दो साल बाद तो हमारे पिताजी मुझे दिल्ली ले गए तीन मूर्ति मतलब तीन चार जगह पे हमारी तलाशी ली गई और पूछा गया क्या किस लिए आए हो तो हमने हमारे पिताजी ने उनको कहा कि हमारा बच्चा कह रहा है कि हम पंडित जवाहरलाल नेहरू जी के दर्शन करने हैं अब इसको हमने दिखा पंडित जी को मिलाना है पहली बार हमने वहां जाके उनके दर्शन किए थे कितने दूर से बिल्कुल साथ बैठ के जैसे आप और हम बैठे क्या बात है अच्छा और पंडित जी ने यह भी कहा कोई तकलीफ हो बताओ तो उतरे में एक औरत आई औरत आती है तो उसने पंडित जी को गाली देना शुरू कर दी हम यहीं बैठे थे बाप बेटा हम दोनों बैठे थे पंडित जी बैठे थे औरत आई वो भी अपनी तो नाने गाली देना दे शुरू कर दिया ये आजादी दिलवाई है ये किया वो किया पंडित जी ने एक ही बात कही जो आज तक मुझे याद है कहते एक हिंदुस्तान के प्राइम मिनिस्टर को सामने तू गाली दे रही है इससे और आजादी तुम्हें क्या चाहिए बहुत बड़ी पंडित जी ने खुद अपने लफ्जों से कहा था मैं वही सुन रहा था क्या बात है एक वो दौर था जब प्राइम मिनिस्टर साहब यूं बैठे थे और एक ये दौर है जब मैं मिस्टर सीएम से मिलने के लिए कितने कोशिशें कर रहा हूँ मिस्टर पीएम तो चलो दूर की बात है सीएम तो मेरी स्टेट में बैठे हैं उसके बाद हमने तीन मूर्ति का दर्शन नहीं किए कहाँ है कहाँ नहीं सीधी बात है गए नहीं फिर बस हो गया दर्शन करना था भाई जो हमें बचा के लाया है और उस फौज का हम नेपाली फौज थी गोरखा फौज थी उनका धन्यवाद करते हैं जो चार आदमी गए जो पूरे हमारे गांव को गांव को बाजी वो सचा सच्चाई दहाई सच्चा लोग एक दूजे नजदे कि दिल च कोई चला गया ठीक है ना मतलब क्या नहीं अच्छा हर चीज के में मतलब है आज आदमी सब तो मतलब ही क्या सब मतलब कर रहे हैं अपना ये एक कारण है नहीं तो वो फौजिया ने या सुरक्षा गार्डज ने जिम्मे बाबू जी को पूछा हो सी तो वो जवाब दिता जो सच्ची है ही लेकिन आज अगर इत कोई गल आके मोदी जी ने मिलना नहीं नहीं वो किसी से नहीं मिलते उदा ना बिल्कुल, ठीक है ना आप ये करो वो करो दस होर रस्ते दस देश लेकिन एकदम मिल बेसिन कहना मुश्किल जी हाँ बिलकुल और पहले पंडित जी मेरे ख्याल एक दो आदमी आज तो सौ आदमी हर वीडियो मुझे कुछ ना कुछ सिखा के जाता है आप लोगों को कुछ खटी मीठी बातें सुना के जाता है कुछ चीज़ें आपको अच्छी लगती हैं कुछ नहीं लगती हैं इस वीडियो में भी ऐसा ही हुआ होगा लेकिन मेरे लिए हर चीज़ प्रेरणादायक होती है और मुझे लगता है कि ये मेरी आज की क्लास थी जिससे मुझे बहुत कुछ सीखने को मिला इनके पास इनके बहुत सारे सवालों के जवाब ऑल ऑलरेडी हैं जिसमें इन्होंने कहा कि हम अपना घर देख चुके हैं मतलब जीवनदास बटला साहब हो के आए हैं एक दो लोग और भी हो के आए हैं तो इनको उस चीज़ की ख्वाहिश नहीं है लेकिन मुझे सिर्फ आप लोग इतना बता दीजिएगा कि इनका जो वो मकान है जो कि खस्ता हालत में है जो इन्होंने बताया उसकी तस्वीरें ही दे दीजिएगा ताकि हम अपनी लाइब्रेरी में तो रख सकें हम उस एपिसोड के बारे में कब कभी जिक्र करें तो कह सकें कि फलाने आदमी ने हमें वो चीज़ें भेजी थी शुक्रिया मेहरबानी नया साल मुबारक हो आप सबको 2020 आपके आपकी ज़िंदगी में खुशियाँ लाए खीसे भर जाएं आपकी खुशियों से और छलकने लगें और उस छलकी हुई खुशियों से किसी और के चेहरे पर स्माइल आए शुक्रिया